ਪਿੰਡ ਰੁੜਕਾ ਖੁਰਦ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ 7ਵਾਂ ਗੋਲਡ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। 2 ਦਿਨ ਚੱਲਣ ਵਾਲੇ ਇਸ ਕਬੱਡੀ ਕੱਪ ਦੇ ਪਹਿਲੇ ਦਿਨ 52 ਅਤੇ 62 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ 11 ਮਾਰਚ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਭਾਰੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਕੱਪ ਉਪਰੰਤ ਪੰਜਾਬੀ ਗਾਇਕ ਸਿੰਘੇ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ। ਉਹਨਾਂ ਨੇ ਸਮੂਹ ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਦੀ ਰੌਣਕ ਨੂੰ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਨਰਿੰਦਰ ਸਿੰਘ ਬਿੱਲਾ ਯੂਕੇ, ਹਿੱਪੀ ਸਹੋਤਾ, ਬਲਵਿੰਦਰ ਸਿੰਘ ਯੂਕੇ, ਵਰਿੰਦਰ ਪੱਪੂ, ਰਸ਼ਪਾਲ ਸਹੋਤਾ, ਸਰਬਜੀਤ ਸਹੋਤਾ, ਕਾਲਾ ਟ੍ਰੇਸੀ, ਬੱਬੂ ਕੈਨੇਡਾ, ਰਾਜੂ ਕੈਨੇਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਅੱਜ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲਾ 3ਵਾਂ 10 ਮਾਰਚ ਅਤੇ ਅੱਜ ਬੱਚਿਆਂ ਦੇ 52 ਕਿਲੋ ਅਤੇ 62 ਕਿਲੋ ਦੇ ਮੈਚ ਕਰਵਾਏ ਗਏ ਅਤੇ ਉਹਦੇ ਵਿੱਚ ਜੇਤੂ ਟੀਮਾਂ ਨੂੰ 16,000 ਅਤੇ 11,000 ਦੇ ਨਾਮ ਦੇ ਦਿੱਤੇ ਗਏ ਅਤੇ ਜਿੱਥੇ ਜਿਹੜੀ ਛੋਟੀ 52 ਕਿਲੋ ਉਹਨੂੰ 10,000 ਅਤੇ 9,000 ਦੇ ਨਾਮ ਦੇ। ਕੱਲ੍ਹ ਨੂੰ 11 ਮਾਰਚ ਨੂੰ ਸਾਡੇ ਨੌਰਥ ਫੈਡਰੇਸ਼ਨ ਦੀ ਕਬੱਡੀ ਦੀਆਂ 8 ਟੀਮਾਂ ਚੋਟੀ ਦੀਆਂ ਆ ਰਹੀਆਂ ਅਤੇ ਕੱਲ੍ਹ ਨੂੰ ਮੈਚ ਹੋਣਗੇ। ਸਾਰਿਆਂ ਨੂੰ ਖੁੱਲ੍ਹਾ ਸੱਦਾ ਆ, ਸ਼ਾਮ ਨੂੰ ਸੰਘੇ ਦਾ ਖੁੱਲ੍ਹਾ ਅਖਾੜਾ ਆ 5 ਤੋਂ 8 ਵਜੇ ਤੱਕ। ਸਾਰੇ ਸੱਜਣਾਂ ਨੂੰ, ਫਰੈਂਡਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਆ ਹੁੰਮ ਆ ਕੇ ਪਹੁੰਚੋ ਅਤੇ ਮੇਲੇ ਦੀ ਰੌਣਕ। ਇਹ ਮੇਲਾ ਤੁਹਾਡਾ ਹੀ ਆ, ਇਹ ਸਾਡਾ ਮੇਲਾ ਨਹੀਂ ਹੈਗਾ। ਤੁਸੀਂ ਆਓਗੇ ਤਾਂ ਰੌਣਕ ਵਧੂਗੀ, ਤੁਸੀਂ ਨਹੀਂ ਆਓਗੇ ਤਾਂ ਰੌਣਕ ਨਹੀਂ ਹੋਊਗੀ। ਇਹ ਤੁਹਾਡਾ ਮੇਲਾ ਹੀ ਆ, ਸਾਡਾ ਤਾਂ ਸਿਰਫ ਸੰਯੋਗ ਆ ਵੀ ਬੱਚਿਆਂ ਨੂੰ ਅਸੀਂ ਗਾਹਾਂ ਕਰੀਏ ਤਿਆਰ, ਜਿਹੜੇ ਇਹੀ ਬੱਚਿਆਂ ਨੇ ਗਾਹਾਂ ਜਾ ਕੇ ਵੱਡੀ ਕਬੱਡੀ ਖੇਲਣੀ ਆ। ਪਹਿਲਾ ਇਨਾਮ ਹੈਗਾ 2,50,000 ਅਤੇ ਸੈਕਿੰਡ ਇਨਾਮ ਹੈਗਾ 1,50,000 ਅਤੇ ਬੈਸਟ ਰੇਡਰ ਬੈਸਟ ਟੋਪਰ ਨੂੰ ਉਹਨਾਂ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ। ਹੋਰ ਅਸੀਂ ਜਿਹੜੇ ਬੈਸਟ ਜਿੱਦਾਂ ਸਾਡੇ ਭਰਾ ਆਏ ਆ ਬਾਹਰੋਂ, ਜਿੱਦਾਂ 3 ਰੇਡਾਂ 'ਤੇ 1 ਮੋਟਰਸਾਈਕਲ ਲਾਵਾਂਗੇ, 2 ਸਟੋਪਾਂ 'ਤੇ 1 ਮੋਟਰਸਾਈਕਲ, ਇੱਦਾਂ ਸਾਡੇ ਕੋਲ 10 ਮੋਟਰਸਾਈਕਲ ਹੈਗੇ ਆ ਜਿਹੜੇ ਕਿ ਅਸੀਂ ਗਰਾਊਂਡ ਦੇ ਵਿੱਚ ਜਦੋਂ ਮੈਚ ਖੇਲਣੇ ਉਦੋਂ ਅਸੀਂ ਲਾਉਣੇ ਆ। ਬੈਸਟ ਰੇਡਰ ਨੂੰ, ਬੈਸਟ ਸਟੋਪਰ, ਜੇ ਉਹਨੇ 3 ਸਟੋਪ ਕੀਤੀਆਂ ਉਹਨੂੰ 1 ਮੋਟਰਸਾਈਕਲ ਦਿੱਤਾ ਜਾਊਗਾ, ਜਿਹਨੇ 3 ਰੇਡਾਂ ਪਾਈਆਂ ਅਤੇ ਉਹਨੂੰ 1 ਮੋਟਰਸਾਈਕਲ ਦੇ ਸਾਡੇ ਭਰਾਵਾਂ ਵੱਲੋਂ ਦੇਣੇ ਆ। ਅਤੇ ਭਰਾਵਾਂ ਦਾ ਵੀ ਸਾਡਾ ਅਤੇ ਮੇਰੇ ਬ੍ਰਦਰ ਜਿੰਨੇ ਮੇਰੇ ਯਾਰ ਦੋਸਤ ਆ ਜਿਹੜੀ ਹਰੇਕ ਸਾਲ ਸਾਡੇ ਨਾਲ ਕਾਫੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਆ, ਇਹਨਾਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦਾ। ਅਤੇ ਇਹਦੇ ਹੀ ਜੁੜੇ ਰਹਿਣ ਅਤੇ ਮੇਲੇ ਸਾਡੇ ਹੁੰਦੇ ਰਹਿਣ। ਸਾਡੇ ਪਿੰਡ ਰੁੜਕਾ ਖੁਰਦ ਵਿੱਚ ਜੋ ਟੂਰਨਾਮੈਂਟ ਕਬੱਡੀ ਦਾ ਹੋ ਰਿਹਾ 10 ਅਤੇ 11 ਮਾਰਚ ਨੂੰ, ਅਸੀਂ NRI ਵੀਰਾਂ ਦਾ ਅਤੇ ਪਿੰਡ ਵਾਲੇ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲੇ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਪੰਚਾਇਤ ਵੱਲੋਂ ਕਿ ਸਾਰੇ ਹੁੰਮ ਹੁਮਾ ਕੇ ਇਸ ਰੌਣਕ ਮੇਲੇ ਨੂੰ ਵਧਾਓ।